ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਐਮ ਐਸ ਡਬਲਯੂ ਸਟੱਡੀ ਫੋਰ ਜੋਬ ਦੇ ਵਿੱਚ। ਤੁਸੀਂ ਦੇਖ ਰਹੇ ਐਮ ਐਸ ਡਬਲਯੂ ਸਟੱਡੀ ਫੋਰ ਜੋਬ, ਜਿਹੜੀ ਅੱਜ ਦੀ ਅਸੀਂ ਤੁਹਾਡੇ ਲਈ ਵੈਕੈਂਸੀ ਲੈ ਕੇ ਆਏ। ਦੇਖ ਸਕਦੇ ਹੋ, ਇਹ ਵੈਕੈਂਸੀ ਹੈਗੀ NIPER ਦੇ ਵਿੱਚ ਨਿਕਲੀ ਹੈ, ਪੰਜਾਬ ਦੇ ਵਿੱਚ ਵੈਕੈਂਸੀ ਹੈ। ਪੂਰੀ ਜਾਣਕਾਰੀ ਇਸ ਵੀਡੀਓ ਤੁਹਾਨੂੰ ਵਿੱਚ ਮਿਲ ਜਾਏਗੀ। ਕਿਵੇਂ ਅਪਲਾਈ ਕਰਨਾ, ਕੁਆਲੀਫਿਕੇਸ਼ਨ ਕੀ ਹੈ, ਫੀਸ ਕੀ ਹੈ। ਜੋ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਤਾਂ ਕਿ ਇਸ ਤਰ੍ਹਾਂ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣਗੇ। ਸਟਾਰਟ ਕਰ ਲਵਾਂਗੇ। ਦੇਖ ਸਕਦੇ, ਜਿਹੜਾ ਵੈਕੈਂਸੀ ਦਾ ਨੇਮ ਹੈਗਾ, ਜੂਨੀਅਰ ਰਿਸਰਚ ਫੈਲੋ ਦੀ ਜਿਹੜੀ ਵੈਕੈਂਸੀ ਹੈਗੀ ਹੈ, ਇਸ ਦੇ ਵਿੱਚ ਕੀ ਹੈ, ਕੁਆਲੀਫਿਕੇਸ਼ਨ ਕੀ ਰੱਖੀ ਗਈ, ਮਿਨੀਮਮ ਕੁਆਲੀਫਿਕੇਸ਼ਨ ਜੋ ਇਸ ਦੇ ਵਿੱਚ ਹੈ, ਐਮ ਐਸ ਸੀ ਇਨ ਬਾਇਓਕੈਮਿਸਟਰੀ ਦੇ ਵਿੱਚ ਹੋਣੀ ਚਾਹੀਦੀ ਹੈ, ਮਾਈਕਰੋਬਾਇਓਲੋਜੀ ਦੇ ਵਿੱਚ, ਬਾਇਓਟੈਕਨੋਲੋਜੀ ਦੇ ਵਿੱਚ, ਠੀਕ ਹੈ ਜੀ, ਜਾਂ ਤੁਹਾਡੇ ਕੋਲ ਲਾਈਫ ਸਾਇੰਸ ਇਹਦੇ ਵਿੱਚ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕੁਆਲੀਫਿਕੇਸ਼ਨ ਦੇ ਨਾਲ ਨਾਲ ਡਿਜ਼ਰਵੇਬਲ ਤੁਸੀਂ ਕੀ ਕਰਦੇ ਹੋ, ਡਾਕੂਮੈਂਟ ਰਿਸਰਚ ਐਕਸਪੀਰੀਅੰਸ ਇਨ ਰਿਕਮੈਂਡਡ DNA ਟੈਕਨੀਕਸ, ਮੈਕਰੋਬਾਇਓਲੋਜੀ, ਪ੍ਰੋਟੀਨ ਐਕਸਪ੍ਰੈਂਸ਼ਨ ਜਿਹੜਾ ਤੁਹਾਡਾ, ਇਸ ਦੇ ਵਿੱਚ ਜਿਹੜਾ ਤੁਹਾਡੇ ਕੋਲ ਇੱਕ ਐਕਸਪੀਰੀਅੰਸ ਸਰਟੀਫਿਕੇਟ ਵੀ ਹੋਣਾ ਚਾਹੀਦਾ ਹੈ। ਦੇਖ ਸਕਦੇ ਹੋ, ਉਸ ਤੋਂ ਬਾਅਦ ਇਸ ਏਜ ਲਿਮਿਟ ਕੀ ਹੈ, 28 ਈਅਰ ਹੈਗੀ ਹੈ। ਪੇ ਕੀ ਰੱਖੀ ਗਈ ਹੈ, ਇਸ ਦੇ ਵਿੱਚ 25 ਹਜ਼ਾਰ ਪਰ ਮੰਥ ਜਿਹੜੀ ਤੁਹਾਨੂੰ ਪੇ ਦਿੱਤੀ ਜਾਏਗੀ। ਦੇਖ ਸਕਦੇ ਹੋ, ਸਿੱਧੀ ਇਸ ਵਿੱਚ ਬਾਕ ਇੰਟਰਵਿਊ ਆ, ਕੋਈ ਐਗਜ਼ਾਮ ਨਹੀਂ ਹੋਏਗਾ, ਸਿੱਧੀ ਤੁਸੀਂ ਇਸ ਦੇ ਵਿੱਚ ਇੰਟਰਵਿਊ ਦੇ ਸਕਦੇ ਹੋ। 24/4/2019 ਨੂੰ ਜਿਹੜਾ ਵੈਡਨਸਡੇ ਦੇ ਦਿਨ, ਜਿਹੜਾ ਤੁਸੀਂ 2:30 ਤੋਂ 4:30 ਵਜੇ ਤੱਕ ਜਿਹੜਾ ਤੁਸੀਂ ਇੰਟਰਵਿਊ ਆਪਣੀ ਦੇਖ ਸਕਦੇ ਹੋ, ਠੀਕ ਹੈ ਜੀ। ਇਹ ਇਹਨਾਂ ਦਾ ਐਡਰੈਸ ਹੈਗਾ, ਦੇਖ ਲਓ, ਰੂਮ ਨੰਬਰ F108, ਡਿਪਾਰਟਮੈਂਟ ਆਫ ਬਾਇਓ ਟੈਕਨੋਲੋਜੀ, NPER, SSA ਨਗਰ ਮੋਹਾਲੀ। ਜਿਹੜਾ ਕਿ ਤੁਸੀਂ ਇੱਥੇ ਪੋਸਟ ਲਈ ਆਪਣਾ ਇੰਟਰਵਿਊ, ਜਿਹੜੀ ਵਾਕ ਇੰਟਰਵਿਊ, ਸਿੱਧੀ ਡਾਇਰੈਕਟ ਭਰਤੀ ਲਈ ਦੇਖ ਸਕਦੇ ਹੋ। ਐਪਲੀਕੇਸ਼ਨ ਫੀਸ ਦੇ ਵਿੱਚ ਕੀ ਰਹੇਗੀ, ਉਸ ਬਾਰੇ ਗੱਲ ਕਰ ਰਹੇ ਹਾਂ। OBC ਜਨਰਲ ਦੇ ਲਈ ਜਿਹੜੀ ਫੀਸ ਰਹੇਗੀ 100 ਰੁਪਈਆ, ਅਤੇ SC ST ਲਈ ਕੋਈ ਵੀ ਫੀਸ ਨਹੀਂ ਰਹੇਗੀ, ਠੀਕ ਹੈ ਜੀ। ਤਾਂ ਇਹਨਾਂ ਦੀ ਵਿਭਾਗ ਦੀ ਜਿਹੜੀ ਵੈਬਸਾਈਟ ਤੇ ਤੁਸੀਂ ਦੇਖ ਸਕਦੇ ਹੋ, ਜਾ ਕੇ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ, ਤਾਂ ਇਹਨਾਂ ਦਾ ਪਰਫੋਰਮਾ ਇੱਕ ਹੈ, ਉਸਨੂੰ ਡਾਊਨਲੋਡ ਕਰਕੇ ਤੁਸੀਂ ਉਹ ਆਪਣੇ ਨਾਲ ਲੈ ਜਾਣਾ, ਠੀਕ ਹੈ ਜੀ। ਇਹ ਵਾਲਾ ਪਰਫੋਰਮਾ ਇੱਥੋਂ ਤੁਸੀਂ ਡਾਊਨਲੋਡ ਕਰ ਲੈਣਾ, ਠੀਕ ਹੈ ਜੀ। ਆਸ ਆ ਕੇ ਵੀਡੀਓ ਵਧੀਆ ਲੱਗੇਗਾ। ਨੈਕਸਟ ਇਨਫੋਰਮੇਸ਼ਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਇਸ ਤਰ੍ਹਾਂ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣਗੇ। ਥੈਂਕ ਯੂ ਸੋ ਮੱਚ।